केजरीवाल आया कहता सारिया ही औरतों को मैं 1000 रुपया दे दूं। ऐसे मैं सुखी साहब थोड़ी घरवाली भी 1000 रुपया मिल जू, बीबा हरसिमरत कौर एम पी उन्होंने भी 1000 रुपया आजू, उस वाला की घरवाली 1000 रुपया आजू, एस एस पी की घरवाली भी 1000 रुपया आजू, आके माहौल बनाया इन्होंने एवं झूठ से झूठ। केजरीवाल ने एक चीज जी इतने कही है वो दिल्ली नहीं लागू। 2022 ਦੀਆਂ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਕਰਨ ਦੇ ਵਿੱਚ ਸਰਗਰਮ ਨਜ਼ਰ ਆ ਰਹੀਆਂ ਨੇ, ਜਿਸ ਦੇ ਚੱਲਦਿਆਂ ਅਕਾਲੀ ਦਲ ਪਾਰਟੀ ਦੇ ਵੱਲੋਂ ਜਿੱਥੇ ਉਮੀਦਵਾਰ ਐਲਾਨੇ ਜਾ ਰਹੇ ਨੇ ਉੱਥੇ ਹੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਜਾਰੀ ਹੈ। ਅਕਾਲੀ ਦਲ ਵੱਲੋਂ ਹਲਕਾ ਬੰਗਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਸਮੇਂ ਆਯੋਜਿਤ ਵਿਸ਼ਾਲ ਜਿਹੜੀ ਰੈਲੀ ਕੀਤੀ ਗਈ, ਜਿੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਵਰਤਿਆਂ ਖਰੀਆਂ ਸੁਣੀਆਂ ਨੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਇੰਨੀ ਨਿਕੰਮੀ ਸਰਕਾਰ ਆਜ਼ਾਦੀ ਤੋਂ ਬਾਅਦ ਕਿਸੇ ਸੂਬੇ ਨੇ ਨਹੀਂ ਦੇਖੀ, ਝੂਠੀਆਂ ਸੋਹਾਂ ਖਾ ਕੇ ਸਰਕਾਰ ਬਣਾਈ ਗਈ ਹੈ, ਪਰ ਉਹਨਾਂ ਦੇ ਦਿਲਾਂ ਦੇ ਵਿੱਚ ਖੋਟ ਸੀ। ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਗਈ ਤੀਜੀ ਗਰੰਟੀ ਤੇ ਵੀ ਸੁਖਬੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। 5 ਸਾਲ ਆਪਣੇ ਬਰਬਾਦ ਕਰਤੇ ਕਾਂਗਰਸ ਨੇ, ਇਹ ਜੀ ਨਿਕੰਮੀ ਸਰਕਾਰ ਆਜ਼ਾਦੀ ਤੋਂ ਬਾਅਦ ਨਹੀਂ ਦੇਖੀ ਕਿਸੇ ਸੂਬੇ ਨੇ। ਉਹ ਸਰਕਾਰ ਜਿਹੜੀ ਝੂਠ 'ਤੇ ਨਿਰਭਰ ਸੀ, ਝੂਠੀਆਂ ਸਹੁੰਆਂ 'ਤੇ ਨਿਰਭਰ ਸੀ, ਤੁਹਾਡੀ ਭਾਵਨਾ 'ਤੇ ਖੇਡ ਕੇ, ਆਪਣੇ ਪੰਜਾਬੀਆਂ ਦੀਆਂ ਭਾਵਨਾ 'ਤੇ ਖੇਡ ਕੇ ਸਰਕਾਰ ਬਣਾ ਗਈ। ਉਹਨਾਂ ਦਾ ਦਿਲ ਸਾਫ਼ ਨਹੀਂ ਸੀ, ਦਿਲ ਖੋਟਾ ਸੀ। ਮੈਂ ਤਾਂ ਦੇਖਿਆ ਜਿਹੜੇ ਲੋਕ ਸਹੁੰ ਖਾ ਕੇ ਵਾਅਦੇ ਕਰਨਗੇ ਜਾਂ ਫਾਰਮ ਭਰਾ ਕੇ ਵਾਅਦੇ ਕਰਨਗੇ, ਇਹਦਾ ਮਤਲਬ ਤੁਹਾਡੇ ਨਾਲ ਉਹ ਠੱਗੀ ਮਾਰਨ ਲੱਗੇ ਹੈ। ਜਿਹੜੇ ਆਪਣੀ ਜ਼ਬਾਨ 'ਤੇ ਪੱਕੇ ਆ, ਤੁਹਾਨੂੰ ਪਤਾ ਕਿਹੜੇ ਜ਼ਬਾਨ 'ਤੇ ਪੱਕੇ ਆ ਅਤੇ ਜਿਹੜੇ ਜ਼ਬਾਨ 'ਤੇ ਪੱਕੇ ਨਹੀਂ। ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਪਾਰਟੀ ਹੈ, ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਦੀ ਆਵਾਜ਼ ਉਠਾਉਣ ਵਾਲੀ ਪਾਰਟੀ ਹੈ, ਸ਼ਹੀਦਾਂ ਦੀ ਜਥੇਬੰਦੀ ਹੈ। ਤਕਰੀਬਨ 4 ਦਿਨ ਬਾਅਦ, 3 ਦਿਨ ਬਾਅਦ 100ਵੇਂ ਵਰ੍ਹੇਗੰਢ ਮਨਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮੋਗੇ ਵਿੱਚ। ਇੱਕ ਤਾਂ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਾਂ ਕਿ ਉਸ ਦਿਨ ਮੋਗੇ ਜ਼ਰੂਰ ਪਹੁੰਚਣਾ। ਆਪਾਂ ਬੜੇ ਖੁਸ਼ਕਿਸਮਤ ਹੈ ਕਿ ਆਪਣੀ ਜ਼ਿੰਦਗੀ ਵਿੱਚ ਆਪਾਂ ਨੂੰ ਆਪਣੀ ਮਾਂ ਪਾਰਟੀ ਦੀ 100ਵੇਂ ਵਰ੍ਹੇਗੰਢ ਮਨਾਉਣ ਦਾ ਮੌਕਾ ਮਿਲ ਰਿਹਾ। ਆ ਉਹ ਇਤਿਹਾਸਿਕ ਪਾਰਟੀ ਹੈ ਜਿਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਦੇਸ਼ ਦੀ ਆਜ਼ਾਦੀ ਦੇ ਬਾਅਦ ਪੰਜਾਬ ਪ੍ਰਤੀ, ਕਿਸਾਨ ਪ੍ਰਤੀ, ਪੰਥ ਪ੍ਰਤੀ, ਗਰੀਬ ਪ੍ਰਤੀ ਜੋ ਸੰਘਰਸ਼ ਦੀ ਲੋੜ ਪਈ, ਇਕੱਲੀ ਆਪ ਪਾਰਟੀ ਹੈ ਜਿਹਨੇ ਸੰਘਰਸ਼ ਕੀਤੇ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ। ਤੁਸੀਂ ਕਿਸੇ ਵੀ ਵਰਗ ਨੂੰ ਲੈ ਲਓ, ਜੇ ਕਿਸਾਨੀ ਦੀ ਗੱਲ ਕਰੀਏ, ਅੱਜ ਕਿਸਾਨੀ ਨਿਰਭਰ ਕਿਸ ਚੀਜ਼ 'ਤੇ ਹੈ? ਬਿਜਲੀ 'ਤੇ ਹੈ। ਜਿੰਨੇ ਥਰਮਲ ਪਲਾਂਟ ਪੰਜਾਬ ਦੇ ਬਣੇ ਹੈ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਹੈ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਹੈ। ਹੁਣ ਕਿਸਾਨੀ ਨਿਰਭਰ ਹੈ ਤੁਹਾਡੇ ਟਿਊਬਵੈੱਲ ਕਨੈਕਸ਼ਨਾਂ 'ਤੇ। 16 ਲੱਖ ਟਿਊਬਵੈੱਲ ਕਨੈਕਸ਼ਨ ਪੰਜਾਬ 'ਚ ਹੈ, 13 ਲੱਖ ਤੋਂ ਵੱਧ ਟਿਊਬਵੈੱਲ ਕਨੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰਾਂ ਦੌਰਾਨ ਮਿਲੇ ਹੈ। ਟਿਊਬਵੈੱਲ ਦੇ ਪਹਿਲੇ ਬਿੱਲ ਆਉਂਦੇ ਸੀ ਜੇ ਮਾਫ਼ ਕੀਤੇ, ਸ਼੍ਰੋਮਣੀ ਅਕਾਲੀ ਦਲ ਨੇ ਕੀਤੇ। ਅੱਜ ਕਿਸਾਨ ਸੰਘਰਸ਼ ਜਿੱਤ ਕੇ ਵਾਪਸ ਆ ਰਹੇ ਹੈ। ਉਹਨਾਂ ਦਾ ਨਿਸ਼ਾਨਾ ਕੀ ਸੀ ਕਿ MSP ਪੰਜਾਬ ਅਤੇ ਹਰਿਆਣੇ ਦੀ ਬੰਦ ਨਾ ਹੋਏ। ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ MSP ਨਹੀਂ ਦਿੱਤੀ ਜਾਂਦੀ ਸੀ, ਪਰ 1966 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ। ਐ ਨਹੀਂ ਕੇਜਰੀਵਾਲ ਵਾਂਗੂ, ਕੇਜਰੀਵਾਲ ਆਇਆ ਕਹਿੰਦਾ ਸਾਰੀਆਂ ਹੀ ਔਰਤਾਂ ਨੂੰ ਮੈਂ 1000 ਰੁਪਇਆ ਦੇ ਦੂੰ। ਇਹਦੇ ਮਤਲਬ ਸੁੱਖੀ ਸਾਹਿਬ ਤੁਹਾਡੀ ਘਰਵਾਲੀ ਨੂੰ ਵੀ 1000 ਰੁਪਇਆ ਮਿਲ ਜੂ, ਬੀਬਾ ਹਰਸਿਮਰਤ ਕੌਰ MP ਉਹਨੂੰ ਵੀ 1000 ਰੁਪਇਆ ਆਜੂ, ਉਸ ਵਾਲਾਂ ਦੀ ਘਰਵਾਲੀ ਨੂੰ 1000 ਰੁਪਇਆ ਆਜੂ, SSP ਦੀ ਘਰਵਾਲੀ ਵੀ 1000 ਰੁਪਇਆ ਆਜੂ।
आके माहौल बनाया उन्होंने एवं झूठ से झूठ। केजरीवाल ने एक चीज जी इतने कही है वो दिल्ली नहीं लागू की, एडा वा झूठा। जे मुख्यमंत्री दिल्ली का है, जे पंजाब कोई गरंटी देनी है, घट तो घट दिल्ली तो लागू करके आ कि मैं दिल्ली स्टेट का किया तो हूँ इतने कर रहे आ फर्क इन्हों का। आ सारे ही ठगी मानते आए हैं।